ਕਾਦੀਆਂ 'ਚ ਅਕਾਲੀ ਦਲ ਦੇ ਸੀਨੀਅਰ ਆਗੂਆਂ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪਰਮਵੀਰ ਸਿੰਘ ਲਾਡੀ ਅਤੇ ਕਵਲਪ੍ਰੀਤ ਸਿੰਘ ਕਾਕੀ ਨੇ ਸੇਖਵਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਸੇਖਵਾਂ ਵੱਲੋਂ ਜਲਾਲਾਬਾਦ ਤੋਂ ਟਕਸਾਲੀ ਆਗੂਆਂ ਨੂੰ ਲਾਮਬੰਦ ਕਰਨ ਲਈ ਸ਼ੁਰੂ ਕੀਤੀ ਗਈ ਮੁਹਿੰਮ ਤੋਂ ਪਹਿਲਾਂ ਟਕਸਾਲੀ ਆਗੂਆਂ ਤੋਂ ਪੁੱਛਣਾ ਚਾਹੀਦਾ ਹੈ ਕਿ ਉਹ ਉਸ ਨਾਲ ਜੁੜਨ ਨੂੰ ਤਿਆਰ ਵੀ ਹਨ ਜਾਂ ਨਹੀਂ। ਅਕਾਲੀ ਦਲ ਦੇ ਵਰਕਰਾਂ ਵੱਲੋਂ ਸੇਖਵਾਂ 'ਤੇ ਪਾਰਟੀ ਵਿਰੋਧੀ ਗਤੀਵਿਧੀਆਂ ਕਰਨ ਦੇ ਆਰੋਪ ਵੀ ਲਗਾਏ ਗਏ। ਇਸ ਮੌਕੇ ਰਤਨ ਸਿੰਘ ਜਫਰਵਾਲ, ਦੇਸਰਾਜ ਧੁੰਗਾ ਅਤੇ ਹੋਰ ਪਾਰਟੀ ਵਰਕਰ ਹਾਜ਼ਰ ਸਨ। ਕਾਦੀਆਂ ਤੋਂ ਲਾਈਵ ਪੰਜਾਬ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਪਹਿਲੀ ਗੱਲ ਤਾਂ ਇਹ ਹੈ, ਜਿਹੜੇ ਟਕਸਾਲੀ ਅਕਾਲੀ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਨੇ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਮਾਝੇ ਦੇ ਜਰਨੈਲ ਨਾਲ ਨੇ, ਜਿਹੜੇ ਲੋਕ ਲਲਸ਼ਾ ਦੇ ਮਾਰੇ ਨੇ, ਜਿਹੜੇ ਲੋਕ ਗੱਲਾਂ ਕਰਦੇ ਨੇ, ਇਹ ਨਾ ਟਕਸਾਲੀ ਨੇ, ਇਹ ਆਪਣਾ ਮਤਲਬ ਪ੍ਰਸਤ ਨੇ। ਉਹਨਾਂ ਬਾਰੇ ਸਾਰਿਆਂ ਤੋਂ ਕਹਿਤਾ, ਮੈਂ ਇੱਕੋ ਗੱਲ ਕਹਿਣੀ ਚਾਹੁੰਦਾ, ਜਿਹੜੇ ਟਕਸਾਲੀ ਅਕਾਲੀ ਨੇ ਇਮਾਨਦਾਰ, ਉਹ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨੇ, ਜਿਨ੍ਹਾਂ ਨੂੰ ਅਹੁਦਿਆਂ ਦੀ ਭੁੱਖ ਆ, ਜਿਨ੍ਹਾਂ ਨੂੰ ਹੋਰ ਕਈ ਮਨ ਵਿੱਚ ਇੱਛਾ ਨੇ, ਉਹ ਨਾਲ ਨੇ। ਉਹਨਾਂ ਨੂੰ ਬੇਨਤੀ ਕਰਾਂਗਾ ਕਿ ਹੁਣ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬੜੀਆਂ ਮੌਜਾਂ ਮਾਣੀਆਂ ਨੇ, ਹੁਣ ਵੀ ਤੁਸੀਂ ਉਸੇ ਸ਼੍ਰੋਮਣੀ ਅਕਾਲੀ ਦਲ ਵਿੱਚ ਆ ਕੇ ਤੁਹਾਨੂੰ ਸੁੱਖ ਮਿਲਣਾ। ਜਿਹੜੀ ਇਹ ਪ੍ਰੈਸ ਕਾਨਫਰੰਸ ਕਾਦੀਆਂ ਹਲਕੇ ਦੇ ਟਕਸਾਲੀ ਅਕਾਲੀਆਂ ਵੱਲੋਂ ਕੀਤੀ ਗਈ ਹੈ, ਇਹਦਾ ਕਾਰਨ ਹੈ ਕਿ ਸੇਵਾ ਸਿੰਘ ਸ਼ੇਖਵਾਂ ਨੇ ਜਲਾਲਾਬਾਦ ਅੰਦਰ ਟਕਸਾਲੀ ਬਚਾਓ ਮੁਹਿੰਮ ਸ਼ੁਰੂ ਕੀਤੀ ਆ। ਅਸੀਂ ਉਹਨੂੰ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਮੁਹਿੰਮ ਤੂੰ ਜਲਾਲਾਬਾਦ ਤੋਂ ਸ਼ੁਰੂ ਕੀਤੀ ਆ, ਕਾਦੀਆਂ 'ਚੋਂ ਚੱਲ ਕੇ ਦਿਖਾ, ਅਤੇ ਇੱਕ ਵੀ ਜੇ ਟਕਸਾਲੀ ਅਕਾਲੀ ਦਾ ਤੂੰ ਜਵਾਬ ਦੇ ਜਾ, ਤਾਂ ਫਿਰ ਅਸੀਂ ਤੈਨੂੰ ਮੰਨਾਂਗੇ। ਦੂਸਰੀ ਗੱਲ, ਜੇ ਕੋਈ ਸੁੱਚਾ ਸਿੰਘ ਸੇਵਾ ਸਿੰਘ ਸ਼ੇਖਵਾਂ ਇਹ ਗੱਲ ਕਹਿੰਦਾ ਕਿ ਮੈਨੂੰ ਬਿਕਰਮਜੀਤ ਸਿੰਘ ਮਜੀਠੀਆ ਹਰਾਉਂਦਾ ਰਿਹਾ, ਜੇ ਬਿਕਰਮਜੀਤ ਸਿੰਘ ਮਜੀਠੀਆ ਮਜੀਠੇ ਤੋਂ ਆਣ ਕੇ ਤੈਨੂੰ ਹਰਾਉਂਦਾ, ਇਹਦਾ ਮਤਲਬ ਤੇਰੀ ਕੰਮ ਕਰਨ ਦੀ ਤਰੀਕਾ ਉਹ ਸਾਰਾ ਗਲਤ ਆ, ਤੂੰ ਲੋਕਾਂ ਦੀ ਗੱਲ ਨਹੀਂ ਸੁਣਦਾ, ਲੋਕਾਂ ਦੀ ਕਹੇ ਅਨੁਸਾਰ ਤੂੰ ਕੰਮ ਨਹੀਂ ਕਰਦਾ। ਸੋ ਇਸ ਕਰਕੇ ਮਜੀਠੀਆ ਦਾ ਕੋਈ ਰੋਲ ਨਹੀਂ, ਤੇਰੀ ਆਪਣੀ ਜਿਹੜੀ ਕਾਰਗੁਜ਼ਾਰੀ ਉਹਦਾ ਰੋਲ ਆ। ਜੇ ਹੁਣ ਦੀ ਤਾਜ਼ਾ ਮਿਸਾਲ ਆ ਕਿ ਜਦੋਂ ਇੱਕ ਪਾਸੇ ਬਿਕਰਮ ਸਿੰਘ ਮਜੀਠੀਆ ਸਾਰੀਆਂ ਸਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਜਿੱਤਦਾ, ਅਤੇ ਤੂੰ ਪਹਿਲਾਂ ਬਾਈਕਾਟ ਕਰਕੇ ਘਰ ਨੂੰ ਭੱਜਦਾ, ਇਹਦਾ ਮੰਨ ਲਓ ਤੂੰ ਕਮਜ਼ੋਰ ਆ। ਇਹ ਸਾਰਾ ਜਿਹੜਾ ਟਕਸਾਲੀ ਬਚਾਓ ਇੱਕ ਡਰਾਮਾ ਆ, ਇਹਦੇ ਨਾਲ ਕੋਈ ਸਹਿਮਤ ਨਹੀਂ, ਨਾ ਇਹਦਾ ਕੋਈ ਪਾਰਟੀ ਨੂੰ ਫਰਕ ਆ। ਦੇਖੋ ਆਪੋ ਆਪਣੀ ਕਾਰਜਸ਼ੈਲੀ ਹੁੰਦੀ ਆ, ਹਰ ਬੰਦਾ ਜਿਹੜਾ ਕੋਈ ਲੀਡਰ ਬਣਦਾ, ਕੁਛ ਬੰਦੇ ਹੁੰਦੇ ਜਿਹੜੇ ਪਾਵਰ ਨੂੰ ਸ਼ੇਅਰ ਕਰਦੇ ਆ, ਲੇਕਿਨ ਇਹੋ ਜਿਹੇ ਮੈਂ ਕਹੂੰਗਾ ਨਿਕੰਮੇ ਆ ਇਹ ਆਗੂ ਆ ਸੇਵਾ ਸਿੰਘ ਸ਼ੇਖਵਾਂ, ਆਪਣੇ ਕੋਲ ਪਾਵਰ ਰੱਖ ਕੇ ਕਿਸੇ ਨੂੰ ਸ਼ੇਅਰ ਨਹੀਂ ਕਰਦੇ, ਔਰ ਜਿਹੜਾ ਦੂਜਾ ਬੰਦਾ ਆਣ ਕੇ ਇਹਨਾਂ ਦੀ ਗੱਲ ਕਰਦਾ, ਮੁੱਟਾ ਚਾਪੀ ਕਰਦਾ, ਉਹਦੇ ਨਾਲੇ ਜੋੜ ਲੈਂਦੇ ਆ, ਇਹਨਾਂ ਨੂੰ ਇਹ ਡਰ। ਆਪ ਜੋ ਸੇਵਾ ਸਿੰਘ ਸੇਖਵਾਂ ਨੇ ਅੱਜ ਜਲਾਲਾਬਾਦ ਹਲਕੇ ਤੋਂ ਕਹਿੰਦਾ ਜੀ ਮੈਂ ਪੁਰਾਣੇ ਟਕਸਾਲੀਆਂ ਨੂੰ ਨਾਲ ਲੈ ਕੇ ਇਹ ਮੁਹਿੰਮ ਸ਼ੁਰੂ ਕਰਨ ਲੱਗਾ। ਪਹਿਲਾਂ ਮੈਂ ਕਹਿੰਦਾ ਬੰਦੇ ਨੂੰ ਆਪਣੀ ਮੰਜੀ ਥੱਲੇ ਛੋਟਾ ਫੇਰਨਾ ਚਾਹੀਦਾ, ਪਹਿਲਾਂ ਉਹ ਆਪਣੇ ਕਾਦੀਆਂ ਹਲਕੇ ਤੋਂ ਇਹ ਦੱਸੇ ਵੀ ਜਿਹੜੇ ਪੁਰਾਣੇ ਟਕਸਾਲੀ ਘਰਾਂ 'ਚ ਬਿਠਾਏ ਨੇ ਜਾਂ ਉਹ ਦੂਜੀਆਂ ਪਾਰਟੀਆਂ 'ਤੇ ਤੁਰ ਗਏ ਨੇ, ਮੈਂ ਉਹ ਕਿੰਨਿਆਂ ਨੂੰ ਨਾਲ ਲੈ ਕੇ ਅਤੇ ਜਲਾਲਾਬਾਦ ਜਾ ਰਿਹਾ, ਇੱਕ ਨੰਬਰ ਇਹ। ਦੂਜੇ ਨੰਬਰ 'ਤੇ ਜਲਾਲਾਬਾਦ ਕਿਹੜੇ ਬੰਦੇ ਕੋਲ ਗਿਆ ਪਹਿਲਾਂ ਘੁਬਾਇਆ ਸਾਹਿਬ ਦੇ ਪਰਿਵਾਰ ਕੋਲ, ਭਈ ਜਿਹੜੇ ਬੰਦੇ ਦੇ ਤੁਹਾਡੇ ਸਾਹਮਣੇ ਉਹਨਾਂ ਦੀਆਂ ਮੂਵੀਆਂ ਵਾਇਰਲ ਹੋਈਆਂ ਸੀ ਅਤੇ ਅਕਾਲੀ ਦਲ ਨੇ ਉਹਨਾਂ ਤੋਂ ਕਿਨਾਰਾ ਕਰ ਲਿਆ,
ਕਨਾਲਾ ਕਰਨ ਤੋਂ ਬਾਅਦ ਜਦੋਂ ਅਕਾਲੀ ਦਲ ਨੇ ਉਹਦੀ ਪੁਸ਼ ਪ੍ਰਤੀਤ ਬੰਦ ਕਰ ਦਿੱਤੀ, ਉਹਨੇ ਅੱਗੋਂ ਆਪਣਾ ਬੇਟਾ ਜਿਹੜਾ ਵਾ ਕਾਂਗਰਸ ਵੱਲੋਂ MLA ਖਿਲਾਰਿਆ, ਉਹ ਟਕਸਾਲੀ ਦੀ ਗੱਲ ਕਰਦਾ ਵੀ ਜਿਹਨੂੰ ਪਾਰਟੀ ਦੀ ਕੋਈ ਦੇਣੀ ਨਹੀਂ। ਤੇ ਮੈਂ ਇਹ ਕਹਿਣਾ ਚਾਹੁੰਦਾ, ਮੈਂ ਨਾਂ ਵੀ ਦੱਸਣ ਨੂੰ ਤਿਆਰ ਹਾਂ ਵੀ ਕਾਦੀਆਂ ਹਲਕੇ 'ਚ ਸੁਰਜੀਤ ਸਿੰਘ ਤੁਗਲਵਾਲ ਜਿਹੜਾ ਪੁਰਾਣਾ ਅਕਾਲੀ ਸੀ ਉਹਨੂੰ ਧੱਕ ਕੇ ਕਾਂਗਰਸ ਸੁੱਟ ਦਿੱਤਾ, ਜਗੀਰ ਸਿੰਘ ਫਰਦੁੱਲਾ ਚੱਕ ਸੀ ਉਹਨੂੰ ਧੱਕ ਕੇ ਕਾਂਗਰਸ ਸੁੱਟ ਦਿੱਤਾ, ਸੁੱਚਾ ਸਿੰਘ ਆਪਣੇ ਤਰਲੋਕ ਸਿੰਘ ਛੋਟੇਪੁਰ ਸੀ ਜਿਹਨੂੰ ਘਰ ਬਿਠਾ ਦਿੱਤਾ ਪਰਚੇ ਕਰਾ ਕੇ, ਫਿਰ ਠੇਕੇਦਾਰ ਸੀ ਆਪਣਾ ਧੰਦਲ ਜੀ ਧੰਦਲ ਸਾਹਿਬ ਚੇਅਰਮੈਨ ਸਾਹਿਬ, ਇੱਦਾਂ ਕਿੰਨੇ ਬੰਦੇ ਨੇ, ਜਾਂ ਤਾਂ ਉਹਨਾਂ ਨੂੰ ਪਹਿਲਾਂ ਨਾਲ ਲਏ ਵੀ ਆਓ ਭਾਈ ਮੈਂ ਇਹਨਾਂ ਨੂੰ ਮਨਾ ਲਿਆ, ਹੁਣ ਮੈਂ ਸਾਰੇ ਮੁਹਿੰਮ ਸ਼ੁਰੂ ਕਰਨ ਲੱਗਾ। ਇਸ ਕਰਕੇ ਇਹਦਾ ਕੋਈ ਐਵੇਂ ਇੱਕ ਏਜੰਡਾ ਨਹੀਂ, ਇਹ ਤਾਂ ਸਿਰਫ ਐਵੇਂ ਲੋਕਾਂ ਨੂੰ ਇੱਕ ਪਖੰਡ ਕਰਕੇ ਦੱਸਣ ਡਿਆ। ਜਿੱਥੇ ਜਾਂਦਾ ਮੈਂ ਅਪੀਲ ਕਰਦਾ ਲੋਕਾਂ ਨੂੰ ਵੀ ਇਹਨੂੰ ਪਹਿਲਾਂ ਪੁੱਛੇ ਵੀ ਤੂੰ ਕਾਦੀਆਂ ਹਲਕੇ ਦੇ ਪੁਰਾਣੇ ਅਕਾਲੀ ਟਕਸਾਲੀ। ਅੱਜ ਜਿਹੜੀ ਇਹ ਪ੍ਰੈਸ ਕਾਨਫਰੰਸ ਕੀਤੀ ਆ, ਇਹਦਾ ਮੁੱਖ ਏਜੰਡਾ ਆ ਕਿ ਇਹ ਜਲਾਲਾਬਾਦ ਸੇਵਾ ਸਿੰਘ ਸੇਖਵਾਂ ਜਲਾਲਾਬਾਦ ਜਾ ਕੇ ਜੋ ਇਹ ਕਹਿੰਦਾ ਵੀ ਟਕਸਾਲੀ ਬਚਾਓ ਮੁਹਿੰਮ ਚਾਲੂ ਕਰਨ ਲੱਗਾ, ਅਸੀਂ ਇਹਨੂੰ ਇਹ ਸਵਾਲ ਕਰਨਾ ਚਾਹੁੰਦਾ ਉੱਥੇ ਜੋ ਜਾ ਕੇ ਕਰਦਾ ਆਪਣੇ ਕਾਦੀਆਂ ਹਲਕੇ ਜਿਹੜੇ ਕਰਕੇ ਦੱਸ, ਜਿੰਨੇ ਕਾਦੀਆਂ ਹਲਕੇ ਦੇ ਟਕਸਾਲੀ ਉਹ ਕਿੰਨੇ ਮਾਰੇ, ਇਹ ਸਵਾਲ ਕਰਨਾ ਚਾਹੁੰਦੇ ਵੀ ਉਹ ਕਿੰਨੇ ਕਾਗਜ਼ 'ਚ ਭੇਜੇ ਆ, ਉਹਨਾਂ ਦੇ ਪਰਚੇ ਕੌਣ ਕਰਦਾ ਰਿਹਾ। ਆਹ ਫੋਟੋਆਂ ਆ ਮੇਰੇ ਕੋਲ, ਆਹ ਫੋਟੋਆਂ ਨੇ ਛੋਟੇਪੁਰ ਪਿੰਡ ਦੀਆਂ, ਆਹ ਟਕਸਾਲੀ ਪਰਿਵਾਰ ਨੇ ਸਾਰੇ, ਹਾਂਜੀ ਆਹ ਆਪਣੀ ਸਰਕਾਰ ਦੇ ਵਿੱਚ ਕਿੰਨੇ ਕੁੱਟੇ ਨੇ, ਹਾਂਜੀ ਤੇ ਉਦੋਂ ਆਪੋਜੀਸ਼ਨ ਦਾ ਸਰਪੰਚ ਬਣਾਇਆ ਕਿੰਨੇ ਆ, ਆਹ ਵੇਖੋ ਉਹ ਸਰਪੰਚ ਜਿਹੜਾ ਬਣਵਾਇਆ ਸੀ ਆਹ ਕੋ ਸੁੱਚਾ ਸਿੰਘ ਛੋਟੇਪੁਰ ਦੀ ਫੋਟੋ ਆ, ਹਾਂਜੀ ਉਹਨੂੰ ਇਹ ਸਰਪੰਚ ਬਣਾ ਰਿਹਾ ਤੇ ਟਕਸਾਲੀਆਂ ਨੂੰ ਮਾਰਦਾ ਰਿਹਾ ਵਾ। ਤੇ ਆਹ ਵੇਖੋ ਗੁਰਦੁਆਰਿਆਂ ਦੇ, ਆਹ ਉਹਨਾਂ ਸਮਿਆਂ ਦੇ ਵਿੱਚ ਆਹ ਫੋਟੋ ਆ ਮੇਰੇ ਕੋਲ, ਆਹ ਵੇਖੋ ਤੁਹਾਡੇ ਕੋਲ ਪਈ ਆ, ਆਹ ਗੁਰਦੁਆਰੇ ਦੀ ਜ਼ਮੀਨ ਤੇ ਆਹ ਵੇਖੋ ਇਹ ਇਹ ਕਬਜ਼ਾ ਕਰਾਉਂਦਾ ਰਿਹਾ ਛੋਟੇਪੁਰ ਦੇ ਪਿੰਡ ਦੇ ਗੁਰਦੁਆਰੇ ਦੀ ਜ਼ਮੀਨ ਆ, ਦੇਖੋ ਪ੍ਰੈਸ ਚ ਆਈ ਉਹਦੇ ਕਬਜ਼ਾ ਕਰਾਉਂਦਾ ਰਿਹਾ ਤੇ ਟਕਸਾਲੀਆਂ ਨੂੰ ਮਾਰਦਾ ਰਿਹਾ ਤੇ ਕਾਂਗਰਸੀਆਂ ਨੂੰ ਚੇਅਰਮੈਨ ਬਣਾਉਂਦਾ ਰਿਹਾ। ਅਸੀਂ ਇਹ ਗੱਲ ਪੁੱਛਣਾ ਚਾਹੁੰਦੇ ਹਾਂ ਵੀ ਜੇ ਤੂੰ ਟਕਸਾਲੀ ਬਚਾਉਣੇ ਆ ਤੇ ਆਹ ਕਾਦੀਆਂ ਹਲਕੇ ਦੇ ਵਿੱਚ ਤੇ ਆਹ ਟਕਸਾਲੀਆਂ ਦੇ ਘਰ ਚੜੀਏ ਤੇ ਮੈਂ ਤੈਨੂੰ ਟਕਸਾਲੀ ਦੱਸਣ ਵੀ ਤੂੰ ਟਕਸਾਲੀਆਂ ਨਾਲ ਕੀ ਕਰ।